ਪਹਿਲੀ ਗੱਲ ਤੇ ਹੈ ਤੁਹਾਨੂੰ ਇਹ ਬੇਦਬੀ ਸਮਝ ਨਹੀਂ ਪਏਗੀ ਕਿ ਬੇਦਬੀ ਹੋਈ ਸੀ ਕਦੋਂ ਤੋਂ ਹੁੰਦੀ ਆ ਰਹੀ ਹੈ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜਾ ਸਿੱਖ ਬਾਣੀ ਨੂੰ ਸਿਰਫ ਮੱਥਾ ਟੇਕ ਰਿਹਾ ਔਰ ਕੁਝ ਸਮਝ ਨਹੀਂ ਰਿਹਾ ਉਸ ਪਾਸੇ ਜਾਣਾ ਹੀ ਨਹੀਂ ਚਾਹਦਾ ਨਾ ਬਾਣੀ ਨੂੰ ਮੰਨਣਾ ਚਾਹਦਾ ਨਾ ਸਮਝਦਾ ਜੇਕਰ ਮੰਨੇ ਹੁੰਦੇ ਸਮਝੇ ਹੁੰਦੇ ਤੇ ਕੱਲ ਵਾਲੇ ਹਾਲਾਤ ਹੀ ਪੈਦਾ ਨਹੀਂ ਹੋਣੇ ਸੀ ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ ਆ ਜਾਂਦੀ ਹੈ ਕੱਲ ਦੀ ਕਿ ਕੱਲ ਬੇਦਬੀ ਹੋਈ ਕਿ ਨਹੀਂ ਹੋਈ ਪਿਛਲੇ ਕਿਤਨੇ ਵੀ ਤੁਸੀਂ ਇਲੈਕਸ਼ਨ ਜਾ ਕੇ ਚੈੱਕ ਕਰ ਲੋ ਹਰ ਇਲੈਕਸ਼ਨ ਦੇ ਵਿੱਚ ਤੂ ਤੂ ਮਹਿਮਾ ਹੁੰਦੀ ਹੈ ਮਹਾਰਾਜ ਦੇ ਸਾਹਮਣੇ ਅੱਜ ਦੀ ਡੇਟ ਦੇ ਵਿੱਚ ਐ ਕਿਸੇ ਸੰਤ ਮਹਾਤਮਾ ਦੇ ਸਾਹਮਣੇ ਕਿਸੇ ਵੀ ਡੇਰੇ ਵਾਲੇ ਬਾਬੇ ਦੇ ਤੁਸੀਂ ਡੇਰੇ ਚਲੇ ਜਾਓ ਉੱਥੇ ਜਦੋਂ ਲੋਕ ਬੈਠੇ ਹੋਣਗੇ ਬਿਲਕੁਲ ਇਸ ਤਰੀਕੇ ਨਾਲ ਬੈਠੇ ਹੋਣਗੇ ਕਿ ਆਵਾਜ਼ ਨਹੀਂ ਲੇਗਾ ਐਸਪੀਸੀ ਦੇ ਵਿੱਚ ਅੱਜ ਤੋਂ 20 ਸਾਲ ਪਹਿਲੇ ਇੱਕ اجلاس ਚੱਲ ਰਿਹਾ ਸੀਗਾ ਜਿਹਦੇ ਵਿੱਚ ਇਸੇ ਤਰੀਕੇ ਦੇ ਹਾਲਾਤ ਪੈਦਾ ਹੁੰਦੇ ਨੇ ਉੱਥੇ ਪ੍ਰੋਫੈਸਰ ਦਰਸ਼ਨ ਸਿੰਘ ਰਾਬਿਆ ਦੇ ਉੱਪਰ ਬੈਠੇ ਨੇ ਉਹ ਫਟਾਫਟ ਮਹਾਰਾਜ ਦਾ ਸੰਤੋਖ ਕਰਦੇ ਨੇ ਔਰ ਉਸ ਤੋਂ ਬਾਅਦ ਉੱਠੋ ਚੁੱਕ ਕੇ ਮਹਾਰਾਜ ਦਾ ਜੜਾ ਹੈਗਾ ਸੁਖਾਸਨ ਕਰ ਦਿੰਦੇ ਨੇ ਹੁਣ ਤੁਹਾਨੂੰ ਆਪ ਵਿਚਾਰਨਾ ਪਏਗਾ ਜਦੋਂ ਮਾਹੌਲ ਇਸ ਤਰੀਕੇ ਦਾ ਹੋਵੇ ਅਗਰ ਤੁਸੀਂ ਗੁਰੂ ਪ੍ਰਤੀ ਅਦਬ ਰੱਖਦੇ ਹੋ ਤੇ ਸਭ ਤੋਂ ਪਹਿਲੇ ਇਲੈਕਸ਼ਨ ਪ੍ਰਾਇਰਿਟੀ ਨਹੀਂ ਹੈ ਗੁਰੂ ਪ੍ਰਾਇਰਿਟੀ ਹੈ ਇਸ ਕਰਕੇ ਤੁਹਾਨੂੰ ਸਟੈਪ ਲੈਣਾ ਵਾਲਾ ਹੁਣ ਬੜਨਾ ਚਾਹੀਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਹੈਗੇ ਦਰਸ਼ਨ ਸਿੰਘ ਜੀ ਕਾਫੀ ਦਾਰਸ਼ਨਿਕ ਗੱਲਾਂ ਵੀ ਕਰਦੇ ਨੇ ਨਾ ਵੀ ਦਰਸ਼ਨ ਸਿੰਘ ਹੀ ਹੈਗਾ ਦਰਸ਼ਨ ਸਿੰਘ ਜੀ ਬੜਾ ਸਿੰਪਲ ਜਿਹਾ ਸਵਾਲ ਆਪ ਜੀ ਦਾ ਫੇਸਬੁਕ ਦੇ ਉੱਤੇ ਕੌਮ ਦੀ ਗੱਲ ਹੁੰਦੀ ਏ ਸਿੱਖੀ ਦੀ ਗੱਲ ਹੁੰਦੀ ਏ ਇੱਕ ਛੋਟਾ ਸਵਾਲ ਦਾ ਜਵਾਬ ਦਿਓ ਕੱਲ ਬੇਦਬੀ ਹੋਈ ਸੀ ਏ ਨਹੀਂ ਹੋਈ ਸੀ ਪਹਿਲੀ ਗੱਲ ਤੇ ਹੈ ਤੁਹਾਨੂੰ ਇਹ ਬੇਦਬੀ ਸਮਝ ਨਹੀਂ ਪਏਗੀ ਕਿ ਬੇਦਬੀ ਹੋਈ ਸੀ ਕਦੋਂ ਤੋਂ ਹੁੰਦੀ ਆ ਰਹੀ ਏ ਪਹਿਲੇ ਇਤਿਹਾਸੀ ਚਲੇ ਜਾਓ ਕਿਸੇ ਵੀ ਗੁਰਦੁਆਰੇ ਦੇ ਵਿੱਚ ਸਵੇਰੇ ਜਦੋਂ ਪ੍ਰਕਾਸ਼ ਕੀਤਾ ਜਾਂਦਾ ਹੈ ਨਾ ਗਰੰਥੀ ਮਹਾਰਾਜ ਨੂੰ ਸਿਰ ਤੇ ਚੁੱਕ ਕੇ ਔਰ ਕਈ ਗੁਰਦੁਆਰਿਆਂ ਵਿੱਚ ਤੇ ਹਾਲਤ ਹੈ ਚੌਰ ਸਿਰ ਤੇ ਲੈ ਕੇ ਆਪ ਹੀ ਫਿਰ ਰਹੇ ਹੁੰਦਾ ਤੇ ਚਲੇ ਜਾਂਦੇ ਨੇ ਇੱਕ ਪਾਸੋਂ ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਨੂੰ ਅਸੀਂ ਫਾਲੋ ਕਰਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਪਹਿਲੇ ਦਰਬਾਰ ਸਜਿਆ ਹੁੰਦਾ ਉਸ ਤੋਂ ਬਾਅਦ ਮਹਾਰਾਜ ਅੰਦਰ ਕਰਦੇ ਨੇ ਉਹ ਹੈ ਅਦਬ ਸਤਿਕਾਰ ਤਾਂ ਇਹ ਉਹ ਤੁਸੀਂ ਆਪ ਸਮਝਣਾ ਇਹ ਬੇਦਬੀ ਹੈ ਕਿ ਨਹੀਂ ਹੈ ਕਿ ਜਿੱਥੇ ਇੱਕ ਗਰੰਥੀ ਜੜਾ ਹੈ ਸਵੇਰੇ ਮਹਾਰਾਜ ਨੂੰ ਲੈਦਾ ਉਸ ਤੋਂ ਬਾਅਦ ਮਹਾਰਾਜ ਵੇਟ ਕਰਦੇ ਨੇ कि ਹੁਣ ਮੇਰਾ ਸਿੱਖ ਉੱਠੇਗਾ ਉਹ ਮੇਰੇ ਗੁਰਦੁਆਰੇ ਆਏਗਾ ਉਹ ਬੇਦਬੀ ਹੈ ਕਿ ਨਹੀਂ ਹੈ ਤੁਸੀਂ ਵਿਚਾਰ ਕਰਨਾ ਕਿਸੇ ਵੀ ਅਨੰਦ ਕਾਰਜ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਵਿਆਦਾ ਹੁੰਦਾ ਹੈ ਉੱਥੇ ਜੋ ਹਾਲਾਤ ਹੁੰਦੇ ਨੇ ਉਹਦੇ ਵਿੱਚ ਹਰ ਬੰਦਾ ਕਹਿੰਦਾ फटाफट ਲਾਵਾ ਫੇਰਾ ਕਰਾਓ ਇਥੋਂ ਚਲੋ ਜੀ ਬਾਣੀ ਸੁਣ ਕੇ ਲੋਕ ਰਾਜੀ ਨਹੀਂ ਹੁੰਦੇ ਲੋਕ ਆਪਣੇ ਸੂਟਾਂ ਦਾ ਕਪੜਿਆਂ ਦਾ ਤੀਜਿਆਂ ਦਾ ਧਿਆਨ ਰੱਖੇ ਹੁੰਦੇ ਨੇ ਉਹ ਬੇਦਬੀ ਹੈ ਕਿ ਨਹੀਂ ਹੈ ਤੁਸੀਂ ਵਿਚਾਰ ਕਰਨਾ ਕਿਸੇ ਵੀ ਪੋਖ ਸਮਾਗਮ ਦੇ ਵਿੱਚ ਗੁਰੂ ਮਹਾਰਾਜ ਦੇ ਸਾਹਮਣੇ ਉਸ ਮਰੇ ਹੋਏ ਬੰਦੇ ਨੂੰ ਉਹ ਚੰਗਾ ਸੀ ਜਾਂ ਮਾੜਾ ਸੀ ਉਹਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਉਹਦੇ ਗੁਣगान ਗਾਏ ਜਾਂਦੇ ਨੇ ਉਹਦੇ ਸੋਇਲੇ ਗਾਏ ਜਾਂਦੇ ਨੇ ਉਹ ਬੇਦਬੀ ਹੈ ਕਿ ਨਹੀਂ ਹੈ ਤੁਸੀਂ ਵਿਚਾਰ ਕਰਨਾ ਇਹ ਤੁਹਾਡੇ ਮੁੱਦੇ ਨੇ ਤੁਸੀਂ ਸੋਚਣਾ ਹੁਣ ਤੁਸੀਂ ਇਹ ਸੋਚ ਕੇ ਚਲੋ ਕਿ ਆਜ ਦੀ ਡੇਟ ਦੇ ਵਿੱਚ ਤੁਸੀਂ ਬੇਅਦਬੀ ਦੀ ਗੱਲ ਕਰਦੇ ਹੋ ਜਿਹੜਾ ਸਿੱਖ ਬਾਣੀ ਨੂੰ ਸਿਰਫ ਮੱਥਾ ਟੇਕ ਰਿਹਾ ਔਰ ਕੁਝ ਸਮਝ ਨਹੀਂ ਰਿਹਾ ਉਸ ਪਾਸੇ ਜਾਣਾ ਹੀ ਨਹੀਂ ਚਾਹਦਾ ਨਾ ਬਾਣੀ ਨੂੰ ਮੰਨਣਾ ਚਾਹਦਾ ਨਾ ਸਮਝਦਾ ਜਾਂ ਅਗਰ ਮੰਨੇ ਹੁੰਦੇ ਸਮਝੇ ਹੁੰਦੇ ਤੇ ਕੱਲ ਵਾਲੇ ਹਾਲਾਤ ਹੀ ਪੈਦਾ ਨਹੀਂ ਹੋਣੇ ਸੀਗੇ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਗਾਇਬ ਹੋ ਚੁੱਕੀ ਹੈ ਇਸ ਕਰਕੇ ਬੇਦਬੀ ਦਾ ਲਫ਼ਜ਼ ਜਿਹੜਾ ਹੈ ਨਾ ਪਿਛਲੇ 2-3 ਸਾਲ ਤੋਂ ਬਹੁਤ ਜ਼ਿਆਦਾ ਚੱਲ ਪਿਆ ਹੁਣ ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ ਆ ਜਾਂਦੀ ਹੈ ਕੱਲ ਦੀ ਕਿ ਕੱਲ ਬੇਦਬੀ ਹੋਈ ਕਿ ਨਹੀਂ ਹੋਈ ਪਿਛਲੇ ਕਿਤਨੇ ਵੀ ਤੁਸੀਂ ਇਲੈਕਸ਼ਨ ਜਾ ਕੇ ਚੈੱਕ ਕਰ ਲਓ ਹਰ ਇਲੈਕਸ਼ਨ ਦੇ ਵਿੱਚ ਤੂ ਤੂ ਮਹਿਮਾ ਹੁੰਦੀ ਹੈ ਮਹਾਰਾਜ ਦੇ ਸਾਹਮਣੇ ਅੱਜ ਦੀ ਡੇਟ ਦੇ ਵਿੱਚ ਹੈ ਕਿਸੀ ਸੰਤ ਮਹਾਤਮਾ ਦੇ ਸਾਹਮਣੇ ਕਿਸੇ ਵੀ ਡੇਰੇ ਵਾਲੇ ਬਾਬੇ ਦੇ ਤੁਸੀਂ ਡੇਰੇ ਚਲੇ ਜਾਓ ਉੱਥੇ ਜਦੋਂ ਲੋਕ ਬੈਠੇ ਹੋਣਗੇ ਬਿਲਕੁਲ ਇਸ ਤਰੀਕੇ ਨਾਲ ਬੈਠੇ ਹੋਣਗੇ ਕਿ ਆਵਾਜ਼ ਨਹੀਂ ਲੇਗਾ ਇਸ ਕਰਕੇ ਸਤਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤਰਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਗੱਲ ਇਹ ਆ ਜਾਂਦੀ ਹੈ ਕਿ ਮਹਾਰਾਜ ਨੇ ਵੀ ਵਿਚਾਰਾਂ ਦੀ ਗੱਲ ਕੀਤੀ ਹੈ ਤੇ ਸਿੱਖ ਜਿਹੜਾ ਇਹ ਵਿਚਾਰ ਤੋਂ ਪੱਛੁਕਾ ਹੈ ਹੁਣ ਬੇਦਬੀ ਹਰ ਜਗ੍ਹਾ ਤੇ ਹੋ ਰਹੀ ਹੈ ਪਰ ਕਿਸੇ ਜਗ੍ਹਾ ਤੇ ਬੇਦਬੀ ਇਸ਼ੂ ਬਣ ਜਾਂਦਾ ਹੈ ਕਿਸੇ ਜਗ੍ਹਾ ਤੇ ਬੇਦਬੀ ਇਸ਼ੂ ਨਹੀਂ ਬਣਦਾ ਕਿਸੇ ਜਗ੍ਹਾ ਕਿਸੇ ਦੇ ਪਰ ਮੈਂ ਇੱਧਰ ਰੁਕ ਰੁਕ ਰੁਕਾਂ ਐਸਜੀਪੀਸੀ ਦੇ ਪ੍ਰਧਾਨ ਮੌਜੂਦ ਹੋਣ ਗੁਰਦੁਆਰਾ ਕਮੇਟੀ ਦੇ ਐਸਜੀਪੀਸੀ ਦਾ ਇੱਕ ਸਿਸਟਮ ਦੱਸ ਦੇਣਾ ਐਸਜੀਪੀਸੀ ਦੇ ਵਿੱਚ ਅਜ ਤੋ 20 ਸਾਲ ਪਹਿਲੇ ਇੱਕ اجلاس ਚੱਲ ਰਿਹਾ ਸੀਗਾ ਜਿਹਦੇ ਵਿੱਚ ਇਸੇ ਤਰੀਕੇ ਦੇ ਹਾਲਾਤ ਪੈਦਾ ਹੁੰਦੇ ਨੇ ਉੱਥੇ ਪ੍ਰੋਫੈਸਰ ਦਰਸ਼ਨ ਸਿੰਘ ਤਾਬਿਆਂ ਦੇ ਉੱਪਰ ਬੈਠੇ ਨੇ ਉਹ ਫਟਾਫਟ ਮਹਾਰਾਜ ਦਾ ਸੰਕੋਚ ਕਰਦੇ ਨੇ ਔਰ ਉਸ ਤੋਂ ਬਾਅਦ ਉੱਥੋਂ ਚੁੱਕ ਕੇ ਮਰਾ ਆਇਦਾ ਜੜਾ ਹੈਗਾ ਸੁੱਖਾ ਸੰਕਰ ਦਿੰਦੇ ਹੁਣ ਤੁਹਾਨੂੰ ਆ ਵਿਚਾਰਨਾ ਪਏਗਾ ਜਦੋਂ ਮਾਹੌਲ ਇਸ ਤਰੀਕੇ ਦਾ ਹੋਵੇ ਅਗਰ ਤੁਸੀਂ ਗੁਰੂ ਪ੍ਰਤੀ ਅਦਬ ਰੱਖਦੇ ਹੋ ਤੇ ਸਭ ਤੋਂ ਪਹਿਲੇ ਇਲੈਕਸ਼ਨ ਪ੍ਰਾਇਰਿਟੀ ਨਹੀਂ ਹੈ ਗੁਰੂ ਪ੍ਰਾਇਰਿਟੀ ਹੈ ਇਸ ਕਰਕੇ ਤੁਹਾਨੂੰ ਸਟੈਪ ਲੈਣਾ ਵਾਲਾ ਹੁਣ ਬੜਨਾ ਚਾਹੀਦਾ ਦੁਆਰਾ ਪ੍ਰਬੰਧਕ ਕਮੇਟੀ ਚੁਣਨਾ ਤੇ ਕਲ ਕੀ ਨਜ਼ਰ ਆ ਰਹੀ ਗੁਰੂ ਸਾਹਿਬ ਪ੍ਰਾਇਰਿਟੀ ਸੀ ਜਾਂ ਫਿਰ ਇਲੈਕਸ਼ਨ ਪ੍ਰਾਇਰਿਟੀ ਸੀ ਇੱਥੇ ਦੇਖੋ ਅਗਰ ਮਾੜੇ ਤਰੀਕੇ ਨਾਲ ਅਗਰ ਮੈਨੂੰ ਸੱਚ ਦੇ ਤਰੀਕੇ ਨਾਲ ਕਹਿਣਾ ਪਵੇ ਜਿੱਥੇ ਜਦੋਂ ਮੈਂ ਤੁਹਾਨੂੰ ਪਹਿਲੇ ਗੱਲ ਸਮਝਾਈਏ ਜਦੋਂ ਬਾਣੀ ਦੀ ਵਿਚਾਰ ਨਹੀਂ ਰਹੇਗੀ ਕੇਵਲ ਗੁਰੂ ਨੂੰ ਮੱਥਾ ਟੇਕਣ ਵਾਲੀ ਗੱਲ ਰਹਿ ਜਾਏਗੀ ਮੂਰਤੀ ਦੇ ਰੂਪ ਦੇ ਵਿੱਚ ਪੁੱਛੋਗੇ ਉੱਥੇ ਬਾਣੀ ਦੀ ਵਿਚਾਰ ਗਾਇਬ ਹੋ ਜਾਏਗੀ ਉੱਥੇ ਪੋਸਟਾ ਪ੍ਰਦਾਨ ਹੋ ਜਾਣਗੇ ਜਿੱਥੇ ਪੋਸਟਾ ਪ੍ਰਦਾਨ ਨਹੀਂ ਉੱਥੇ ਗੁਰੂ ਬੜਾ ਛੋਟਾ ਹੋ ਜਾਏਗਾ ਜਿੱਥੇ ਗੁਰੂ ਛੋਟਾ ਹੋਇਆ ਉੱਥੇ ਬੇਦਬੀ ਤੇ ਆਮ ਜੀ ਗੱਲ ਹੈ ਐਸੀ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਇਹ ਗੱਲ ਰੱਖੀ ਦੇਖਦੇ ਰਹੋ ਵੌਇਸ ਆਫ ਇੰਡੀਆ